ਮੋਗਾ ਜ਼ਿਲ੍ਹੇ ਦੇ ਪਿੰਡ ਢੋਡੀਕੇ, ਜਿਸ ਨੂੰ ਗਦਰੀ ਪਾਰਟੀ ਦੇ ਸਬ ਸੈਂਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉੱਥੇ ਗਦਰੀ ਬਾਬਾ ਈਸ਼ਰ ਸਿੰਘ ਢੋਡੀਕੇ ਦੇ ਪਿੰਡ 'ਚ ਲੱਗੇ ਬੁੱਤ ਦੇ ਸ਼ਰਾਰਤੀ ਅੰਸਰਾਂ ਵੱਲੋਂ ਕਾਲਖ ਮਲ ਕੇ ਬੇਅਦਬੀ ਕਰਨ ਗਦਰੀ ਈਸ਼ਰ ਸਿੰਘ ਦੇ ਪੋਤੇ ਅਮਰਜੀਤ ਸਿੰਘ ਨੂੰ ਪਿੰਡ ਦੇ ਸਰਪੰਚ ਜਸਵੀਰ ਸਿੰਘ ਵੱਲੋਂ ਬੁੱਤ ਨੂੰ ਪਟਾ ਦੇਣ ਦੀ ਧਮਕੀ ਦੇਣ ਅਤੇ ਬੁੱਤ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅੰਸਰਾਂ ਦੀ ਸਰਪੰਚ ਵੱਲੋਂ ਪੁਸ਼ਤ ਪਨਾਹੀ ਕੀਤੇ ਜਾਣ ਦੇ ਖਿਲਾਫ ਸੰਘਰਸ਼ਸ਼ੀਲ ਐਕਸ਼ਨ ਕਮੇਟੀ ਨੂੰ DSP ਨਿਹਾਲ ਸਿੰਘ ਵਾਲਾ ਨੇ ਬਦਨੀ ਕਲਾਂ ਦੇ ਦਫ਼ਤਰ ਵਿੱਚ ਮਿਲਣ ਦਾ ਸਮਾਂ ਦਿੱਤਾ ਸੀ, ਪਰ ਦਿੱਤੇ ਸਮੇਂ 'ਤੇ ਨਾ ਮਿਲਣ ਦੇ ਰੋਸ ਵਜੋਂ ਐਕਸ਼ਨ ਕਮੇਟੀ ਨੇ ਆਪਣਾ ਰੋਸ ਪੱਤਰ DSP ਦਫ਼ਤਰ ਵਿੱਚ ਸੌਂਪ ਕੇ ਦਫ਼ਤਰ ਮੂਹਰੇ ਨਾਅਰੇਬਾਜ਼ੀ ਕੀਤੀ। ਫਨਵਾਸਪਾ ਐਕਸ਼ਨ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਕੋਟਕਪੂਰਾ ਅਤੇ ਕੋ ਕਨਵੀਨਰ ਟੈਲ ਸਿੰਘ ਚੰਦੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਗਦਰੀ ਈਸ਼ਰ ਸਿੰਘ ਢੋਡੀਕੇ ਦੇ ਬੁੱਤ ਦੀ ਬੇਅਦਬੀ ਹੋਈ ਹੈ ਅਤੇ ਅੱਜ ਪ੍ਰਸ਼ਾਸਨ ਦੀ ਗੈਰ ਗੰਭੀਰਤਾ ਵੀ ਸਾਹਮਣੇ ਆਈ ਹੈ। ਬੇਅਦਬੀ ਕਰਨ ਵਾਲੇ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਪਿੰਡ ਵਿੱਚ ਲੱਗੇ ਗਦਰੀ ਬਾਬਿਆਂ ਨੇ ਬੁੱਤ ਪਟਾ ਤੱਕ ਦੇਣ ਦੇ ਦਾਅਵੇ ਕਰ ਰਹੇ ਨੇ। ਐਕਸ਼ਨ ਕਮੇਟੀ ਨੇ ਗਦਰੀਆਂ ਦੇ ਮਾਣ ਸਨਮਾਨ ਨੂੰ ਬਹਾਲ ਕਰਾਉਣ ਲਈ 30 ਜੂਨ ਨੂੰ ਵੱਡੀ ਪੱਧਰ 'ਤੇ ਗਦਰੀ ਬਾਬਾ ਈਸ਼ਰ ਸਿੰਘ ਢੋਡੀਕੇ ਦੀ ਵਰਸੀ ਮਨਾਉਣ ਦਾ ਫੈਸਲਾ ਕੀਤਾ ਹੈ। ਉਧਰ DSP ਬਦਨੀ ਕਲਾਂ ਨੇ ਨਾਅਰੇਬਾਜ਼ੀ ਹੋਣ ਤੋਂ ਕੁਝ ਘੰਟੇ ਬਾਅਦ ਐਕਸ਼ਨ ਕਮੇਟੀ ਦੀ ਚੱਲਦੀ ਮੀਟਿੰਗ ਵਿੱਚੋਂ ਆ ਕੇ ਇੱਕ ਹਫ਼ਤੇ ਵਿੱਚ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਅਤੇ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ, ਪਰ ਐਕਸ਼ਨ ਕਮੇਟੀ ਦੇ ਨਾਲ ਹੀ ਇਹ ਕਿਹਾ ਕਿ ਜੇਕਰ DSP ਇਸ ਭਰੋਸੇ 'ਤੇ ਖਰਾ ਨਾ ਉਤਰਿਆ ਤਾਂ ਬਾਬੇ ਦੀ ਵਰਸੀ ਵਾਲੇ ਦਿਨ 30 ਜੂਨ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਕਰਮਜੀਤ ਜੀ, ਅੱਜ ਜੋ ਡਿਪਟੀ ਦਫ਼ਤਰ ਦੇ ਪਹਿਲਾਂ ਘਰਾਓ ਕੀਤਾ ਗਿਆ, ਉਸ ਤੋਂ ਬਾਅਦ ਇੱਥੇ ਮੀਟਿੰਗ ਕੀਤੀ ਗਈ, ਇਹ ਕਾਹਦੇ ਸੰਬੰਧ ਸੀ, ਕੀ ਮੇਨ ਮਕਸਦ ਹੈ? ਇਹ 10-11 ਅਪ੍ਰੈਲ ਦੀ ਗੱਲ ਹੈ ਜੀ। ਢੁੱਡੀਕੇ ਪਿੰਡ ਜਿਹੜਾ ਗਦਰ ਪਾਰਟੀ ਦਾ ਸਬ ਸੈਂਟਰ ਰਿਹਾ, ਉੱਥੋਂ ਦੇ ਸ਼ਹੀਦ ਹੋਇਆ ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਢੁੱਡੀਕੇ, ਉਹਨਾਂ ਦਾ ਜਿਹੜਾ ਪਿੰਡ 'ਚ ਬੁੱਤ ਲੱਗਿਆ ਹੋਇਆ, ਉਹਨਾਂ ਦੇ ਬੁੱਤ ਦੇ ਨਾਲ ਪਿੰਡ ਦੀ ਕੁਛ ਕੁ ਸ਼ਰਾਰਤੀ ਅਨਸਰਾਂ ਨੇ ਛੇੜਛਾੜ ਕੀਤੀ ਆ, ਬੇਅਦਬੀ ਕੀਤੀ ਹੈ ਬੁੱਤ ਦੀ। ਉਸ ਤੋਂ ਬਾਅਦ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਗਈ ਪਿੰਡ ਦੀ ਗਦਰੀ ਬਾਬਿਆਂ ਦੇ ਨਾਂ 'ਤੇ ਜਿਹੜੀ ਕਮੇਟੀ ਬਣੀ ਉਹਨਾਂ ਵੱਲੋਂ, ਪਰ ਪ੍ਰਸ਼ਾਸਨ ਨੇ ਇਹਨੂੰ ਗੰਭੀਰ ਨਹੀਂ ਲਿਆ ਗਾ। ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ, ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਦਾ ਜੋ ਮਾਹੌਲ ਬਣਿਆ ਹੋਇਆ, ਪਿੰਡ ਦਾ ਮੌਜੂਦਾ ਜਿਹੜਾ ਸਰਪੰਚ ਆ ਜਸਵੀਰ ਸਿੰਘ, ਉਹ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਾ ਪਿਆ। ਜਦੋਂ ਗਦਰੀ ਬਾਬਾ ਈਸ਼ਰ ਸਿੰਘ ਹੋਰਾਂ ਦੇ ਪੋਤਾ ਸਰਦਾਰ ਅਮਰਜੀਤ ਸਿੰਘ ਹੋਰੀ ਉਹ ਸਰਪੰਚ ਕੋਲ ਜਾਂਦੇ ਆ ਅਤੇ ਬੇਨਤੀ ਕਰਦੇ ਆ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਸਰਪੰਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਮੰਨ ਲੈਂਦਾ ਕਿ ਮੈਂ ਉਹਨਾਂ ਤੋਂ ਮਾਫ਼ੀ ਮੰਗਵਾ ਦੂੰਗਾ, ਉਸ ਤੋਂ ਬਾਅਦ ਤੀਜੇ ਦਿਨ ਮੁੱਕਰ ਜਾਂਦਾ ਅਤੇ ਉਲਟਾ ਸਰਦਾਰ ਅਮਰਜੀਤ ਸਿੰਘ ਹੋਰਾਂ ਨੂੰ ਧਮਕੀਆਂ ਦਿੰਦਾ ਕਿ ਪਿੰਡ ਦੇ ਵਿੱਚ ਗਦਰੀਆਂ ਦੇ ਬੁੱਤ ਲਾ ਕੇ ਤੁਸੀਂ ਥਾਂ ਘੇਰੀ ਹੋਈ ਆ, ਮੈਂ ਫਲਾਨੀ ਥਾਂ ਤੋਂ ਬੁੱਤ ਪਟਾ ਦੂੰਗਾ, ਮੈਂ ਫੋਟੋ ਪਟਾ ਦੂੰਗਾ ਗਦਰੀ ਬਾਬਿਆਂ ਦੀ, ਜਿਹੜੇ ਬੁੱਤ ਆ ਉਹਨਾਂ ਨੂੰ ਟਰੈਕਟਰਾਂ ਦੇ ਪਿੱਛੇ ਘੜੀਸ ਕੇ ਅਸੀਂ ਛੱਪੜ 'ਚ ਸਿੱਟ ਕੇ ਆਵਾਂਗੇ। ਇੱਦਾਂ ਦੀਆਂ ਵੀ ਗੱਲਾਂ ਪਿੰਡ ਦੇ ਵਿੱਚ ਸੁਣਨ ਨੂੰ ਮਿਲਦੀਆਂ। ਤਾਂ ਇਹ ਸਾਰੀ ਘਟਨਾ ਵਾਪਰ ਜਾਣ ਤੋਂ ਬਾਅਦ ਅਮਰਜੀਤ ਸਿੰਘ ਹੋਰਾਂ ਨੂੰ ਧਮਕੀਆਂ ਵੀ ਮਿਲੀਆਂ। ਇਹ ਤੋਂ ਬਾਅਦ ਇਲਾਕੇ ਦੀਆਂ ਜਿਹੜੀਆਂ ਇਨਕਲਾਬੀ ਅਤੇ ਜਮਹੂਰੀ ਜਥੇਬੰਦੀਆਂ ਉਹ ਇਕੱਠੀਆਂ ਹੋਈਆਂ, ਪਿਛਲੇ ਦਿਨ ਹੀ SSP ਮੋਗਾ ਨੂੰ ਮਿਲੀਆਂ, ਉਹਨਾਂ ਦੇ ਮਾਮਲਾ ਸਾਰਾ ਧਿਆਨ 'ਚ ਲਿਆਂਦਾ। ਉਹਨਾਂ ਦੇ ਧਿਆਨ 'ਚ ਮਾਮਲਾ ਲਿਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਜਿਹੜੀ ਢੁੱਕਵੀਂ ਕਾਰਵਾਈ ਆ ਦੋਸ਼ੀਆਂ ਖਿਲਾਫ਼ ਨਹੀਂ ਕੀਤੀ ਗਈ। ਅਣਪਛਾਤੇ ਬੰਦਿਆਂ ਦੇ ਖਿਲਾਫ਼ ਇੱਕ ਪਰਚਾ ਜਿਹੜਾ ਫੋਰਮੈਲਿਟੀ ਕਰਨ ਵਾਸਤੇ ਪੁਲਿਸ ਨੇ ਦਰਜ ਕੀਤਾ। ਅਸੀਂ ਇਹ ਮੰਨਦੇ ਹਾਂ ਕਿ ਇਹ ਇਕੱਲੀ ਬੁੱਤ ਦੀ ਬੇਅਦਬੀ ਨਹੀਂ ਗੀ, ਅੱਜ ਜਿਹੜਾ ਸਾਡੇ ਮੁਲਕ ਦਾ ਮਾਹੌਲ ਬਣਿਆ ਹੋਇਆ, ਸਾਡੇ ਮੁਲਕ ਦੇ ਵਿੱਚ ਧਾਰਮਿਕ ਜਨੂੰਨ ਨੂੰ ਬੜਾਵਾ ਦਿੱਤਾ ਜਾ ਰਿਹਾ, ਕੋਈ ਵੀ ਉਹ ਸ਼ਖਸੀਅਤ, ਕੋਈ ਵੀ ਵਿਚਾਰ ਜਿਹੜਾ ਅਗਾਂਹ ਵਧੂ ਆ, ਇਨਕਲਾਬੀ ਆ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। 100 ਸਾਲ ਪਹਿਲਾਂ ਗਦਰ ਪਾਰਟੀ ਬਣੀ ਸੀ ਅਤੇ ਉਹ ਸੱਚੀ ਅਤੇ ਖਰੇ ਅਰਥਾਂ ਦੇ ਵਿੱਚ ਦੇਸ਼ ਭਗਤ ਧਰਮ ਨਿਰਪੱਖਤਾ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਸੀਗੀ। 100 ਸਾਲ ਬੀਤ ਜਾਣ ਤੋਂ ਬਾਅਦ ਜੇ ਕਿਸੇ ਗਦਰੀ ਬਾਬੇ ਦੇ ਪੁੱਤ 'ਤੇ ਕੋਈ ਵਾਰ ਕਰਦਾ, ਕੋਈ ਛੇੜਛਾੜ ਕਰਦਾ, ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਦੀ ਧਰਮ ਨਿਰਪੱਖਤਾ ਵਾਲੀ ਵਿਚਾਰਧਾਰਾ 'ਤੇ ਇਹ ਵਾਰ ਆ, ਇਹਨੂੰ ਕਿਸੇ ਵੀ ਹਾਲਤ 'ਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਥੇਬੰਦੀਆਂ ਨੇ ਰਲ ਕੇ ਇੱਕ ਕਮੇਟੀ ਬਣਾਈ ਆ, ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਢੋਡੀਕੇ ਐਕਸ਼ਨ ਕਮੇਟੀ। ਜੇ ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀਗੀ, ਜਿਹਦੇ ਵਿੱਚ ਪਿੰਡ ਦਾ ਸਰਪੰਚ ਜਸਵੀਰ ਸਿੰਘ ਅਤੇ ਜਿਹੜੇ ਦੋਸ਼ੀ ਆ ਉਹਨਾਂ ਦੀ ਉਹ ਪੁਸ਼ਤ ਪਨਾਹੀ ਕਰਦਾ ਪਿਆ, ਉਹਨਾਂ ਖਿਲਾਫ਼ ਕਾਰਵਾਈ ਜੇ ਨਹੀਂ ਹੁੰਦੀਗੀ,
ਤਾਂ ਐਕਸ਼ਨ ਕਮੇਟੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਉਲੀਕੇਗੀ। ਅੱਜ ਐਕਸ਼ਨ ਕਮੇਟੀ ਨੇ ਮੀਟਿੰਗ ਕੀਤੀ, DSP ਨੇ ਖੁਦ ਅੱਜ ਮਿਲਣ ਦਾ ਟਾਈਮ ਦਿੱਤਾ ਸੀਗਾ, ਪਰ ਟਾਈਮ ਦੇ ਕੇ DSP ਸਾਨੂੰ ਦਫ਼ਤਰ ਨਹੀਂ ਮਿਲਿਆਗਾ। ਅਸੀਂ ਆਪਦਾ ਇੱਕ ਰੋਸ ਪੱਤਰ ਉੱਥੇ ਦਰਜ ਕਰਵਾ ਕੇ ਅਤੇ ਨਾਅਰੇਬਾਜ਼ੀ ਕਰਕੇ ਮੁੜ ਕੇ ਆ ਕੇ ਇੱਥੇ ਅਸੀਂ ਮੀਟਿੰਗ ਕੀਤੀ ਆ। ਅਤੇ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ 30 ਜੂਨ ਨੂੰ ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਢੁੱਡੀ ਕੇ, ਜਿਨ੍ਹਾਂ ਦਾ ਕੱਲ੍ਹ 18 ਤਰੀਕ ਨੂੰ ਸ਼ਹੀਦੀ ਦਿਹਾੜਾ, ਅਸੀਂ 30 ਜੂਨ ਨੂੰ ਉਹਨਾਂ ਦਾ ਜਿਹੜਾ ਬਰਸੀ ਆ 30 ਜੂਨ ਨੂੰ ਮਨਾਵਾਂਗੇ ਪੂਰੇ ਇਲਾਕੇ ਦੇ ਵਿੱਚ ਤਿਆਰੀ ਕਰਕੇ। ਅਤੇ ਦੋਸ਼ੀਆਂ ਖਿਲਾਫ਼ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ 30 ਜੂਨ ਨੂੰ ਉਹਦਾ ਜਿਹੜਾ ਐਲਾਨ ਆ ਅਗਲੇ ਐਕਸ਼ਨ ਦਾ ਕੀਤਾ ਜਾਊ।